ਸਤਿਕਾਰ ਦੋਸਤੋ ਮੈਂ ਹਾਂ ਤੁਹਾਡਾ ਨਿਊਟ੍ਰੀਸ਼ਨਿਸਟ ਔਨ ਦਾ ਗੋ ਕਮਲਦੀਪ ਸਿੰਘ ਔਜਲਾ ਇਰੂਡਾਈਟ ਨਿਊਟ੍ਰੀਸ਼ਨ ਤੋਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਇਸ ਵੀਡੀਓ ਦੇ ਵਿੱਚ ਕੋਲੇਸਟ੍ਰੋਲ ਦੇ ਬਾਰੇ ਜੀ ਹਾਂ ਕੋਲੇਸਟ੍ਰੋਲ ਇੱਕ ਐਸਾ ਨਾਮ ਜਿਹਨੂੰ ਸੁਣ ਕੇ ਅਸੀਂ ਡਰ ਜਾਂਦੇ ਹਾਂ ਠੀਕ ਹੈ ਲੇਕਿਨ ਡਰਨ ਦੀ ਲੋੜ ਨਹੀਂ ਹੈ ਕਿਉਂ ਕਿਉਂਕਿ ਅਸੀਂ ਡਰਦੇ ਉਸ ਚੀਜ਼ ਤੋਂ ਆ ਜਿਹਦੇ ਬਾਰੇ ਸਾਨੂੰ ਪੂਰੀ ਜਾਣਕਾਰੀ ਨਹੀਂ ਹੁੰਦੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਮੈਂ ਕੁਝ ਫੈਕਟ ਸਾਂਝੇ ਕਰੂੰਗਾ ਤੇ ਤੁਹਾਨੂੰ ਕੁਝ ਜਾਣਕਾਰੀ ਦਊਂਗਾ ਕਿ ਕਿਵੇਂ ਕੋਲੇਸਟ੍ਰੋਲ ਜਿਹੜਾ ਆ ਸਾਡੀਆਂ ਬਿਮਾਰੀਆਂ ਦੀ ਜੜ ਬਣਾ ਦਿੱਤਾ ਗਿਆ ਜਦਕਿ ਹੈ ਨਹੀਂ ਕੋਲੇਸਟ੍ਰੋਲ ਤੋਂ ਡਰਨ ਦੀ ਲੋੜ ਨਹੀਂ ਹੈ ਦੋਸਤੋ ਮੈਂ ਫਿਰ ਕਹਿ ਰਿਹਾ ਹਾਂ ਕੋਲੇਸਟ੍ਰੋਲ ਜਿਹੜਾ ਆ ਉਹ ਕਿਸੇ ਵੀ ਹਾਰਟ ਦੀ ਬਿਮਾਰੀ ਦਾ ਕਾਰਨ ਨਹੀਂ ਹੈਗਾ ਲੇਕਿਨ ਵਧਿਆ ਹੋਇਆ ਕੋਲੇਸਟ੍ਰੋਲ ਕਿਸੇ ਹੋਰ ਕਾਰਨ ਕਰਕੇ ਜ਼ਰੂਰ ਸਾਨੂੰ ਨੁਕਸਾਨ ਹੋ ਸਕਦਾ ਕੋਲੇਸਟ੍ਰੋਲ ਤੋਂ ਨਹੀਂ ਲੇਕਿਨ ਕੋਲੇਸਟ੍ਰੋਲ ਸਿਰਫ ਇੱਕ ਚੇਤਾਵਨੀ ਦਾ ਮਾਰਕਰ ਆ ਸਿਰਫ ਇੱਕ ਚੇਤਾਵਨੀ ਦੀ ਘੰਟੀ ਆ ਸੋ ਦੋਸਤੋ ਪਹਿਲਾ ਫੈਕਟ ਇਹ ਆ ਕਿ ਸਾਡਾ ਸਰੀਰ ਸਾਡੀ ਬੋਡੀ ਖੁਦ ਰੋਜ਼ ਦਾ 3000 ਮਿਲੀਗ੍ਰਾਮ ਕੋਲੇਸਟ੍ਰੋਲ ਆਪ ਬਣਾ ਰਹੀ ਆ 3000 ਮਿਲੀਗ੍ਰਾਮ ਦਾ ਮਤਲਬ ਆ ਜੇ ਇਹਨੂੰ ਆਪਾਂ ਦੇਸੀ ਘਿਓ ਦੇ ਕੋਲੇਸਟ੍ਰੋਲ ਦੇ ਵਿੱਚ ਕਨਵਰਟ ਕਰੀਏ ਤਾਂ ਲਗਭਗ 1 ਕਿਲੋ ਦੇਸੀ ਘਿਓ ਨਾਲੋਂ ਵੀ ਜ਼ਿਆਦਾ ਕੋਲੇਸਟ੍ਰੋਲ ਜਿਹੜਾ ਆ ਠੀਕ ਹੈ ਉਹ ਸਾਡੀ ਬੋਡੀ ਜਿਹੜੀ ਹੈ ਰੋਜ਼ ਬਣਾ ਰਹੀ ਹੈ ਕੌਣ ਬਣਾ ਰਿਹਾ ਬੋਡੀ ਦੇ ਵਿੱਚ ਸਾਡੀ ਬੋਡੀ ਦਾ ਹਰ ਇੱਕ ਸੈੱਲ ਕੋਲੇਸਟ੍ਰੋਲ ਬਣਾ ਰਿਹਾ ਸਾਡੀ ਬੋਡੀ ਦਾ ਟੋਟਲ 80% ਜਿਹੜਾ ਆ ਉਹ ਕੋਲੇਸਟ੍ਰੋਲ ਸਾਡੇ ਲਿਵਰ ਦੇ ਵਿੱਚ ਬਣਦਾ ਸਾਡੇ ਬ੍ਰੇਨ 'ਚ ਬਣਦਾ ਆ ਤੇ ਸਾਡੀ ਬੋਡੀ ਦੇ ਸਾਰੇ ਸੈੱਲ ਵੀ ਜਿਹੜੇ ਆ ਉਹ ਕੋਲੇਸਟ੍ਰੋਲ ਬਣਾਉਂਦੇ ਆ ਕਿਉਂ ਕਿਉਂਕਿ ਉਹਨਾਂ ਨੂੰ ਕੋਲੇਸਟ੍ਰੋਲ ਦੀ ਲੋੜ ਹੈ ਸੋ ਜਿਹੜੀ ਚੀਜ਼ ਦੀ ਲੋੜ ਹੈ ਉਹ ਨੁਕਸਾਨਦੇਹ ਕਿੱਦਾਂ ਹੋ ਸਕਦੀ ਉਹ ਮਾੜੀ ਕਿੱਦਾਂ ਹੋ ਸਕਦੀ ਹੈ 100 ਗ੍ਰਾਮ ਦੇਸੀ ਘਿਓ ਦੇ ਵਿੱਚ ਲਗਭਗ 280 ਮਿਲੀਗ੍ਰਾਮ ਕੋਲੇਸਟ੍ਰੋਲ ਆ ਸਾਡਾ ਸਰੀਰ ਕਿੰਨਾ ਬਣਾ ਰਿਹਾ 3000 ਇੱਕ ਆਂਡੇ ਦੀ ਜਰਦੀ ਦੇ ਵਿੱਚ ਲਗਭਗ 180 ਮਿਲੀਗ੍ਰਾਮ ਕੋਲੇਸਟ੍ਰੋਲ ਆ ਸਾਡਾ ਸਰੀਰ ਕਿੰਨਾ ਬਣਾ ਰਿਹਾ 3000 ਮਿਲੀਗ੍ਰਾਮ ਠੀਕ ਹੈ ਜੀ ਸੋ ਇਹਦਾ ਮਤਲਬ ਇਹ ਹੈ ਕਿ ਸਾਡੇ ਸਰੀਰ ਦੀ ਕੋਲੇਸਟ੍ਰੋਲ ਦੀ ਲੋੜ ਬਹੁਤ ਜ਼ਿਆਦਾ ਆ ਖੁਰਾਕ ਵਿੱਚੋਂ ਜਿਹੜਾ ਥੋੜਾ ਬਹੁਤ ਅਸੀਂ ਕੋਲੇਸਟ੍ਰੋਲ ਲੈਂਦੇ ਹਾਂ ਉਹਦੇ ਨਾਲ ਸਾਨੂੰ ਕੋਈ ਨੁਕਸਾਨ ਨਹੀਂ ਹੁੰਦਾ ਸੋ ਆਪਾਂ ਹੁਣ ਡਿਸਕਸ ਕਰੀਏ ਵੀ ਜੇ ਕੋਲੇਸਟ੍ਰੋਲ ਇੰਨਾ ਜ਼ਰੂਰੀ ਆ ਜੇ ਬੋਡੀ ਬਣਾ ਰਹੀ ਹੈ ਲਿਵਰ ਬਣਾ ਰਿਹਾ ਬ੍ਰੇਨ ਬਣਾ ਰਿਹਾ ਪੂਰੀ ਸੈੱਲ ਬਣਾ ਰਿਹਾ ਬੋਡੀ ਦੇ ਫਿਰ ਉਹ ਇੰਨਾ ਨੈਗੇਟਿਵ ਕਿਉਂ ਆ ਉਹਨੂੰ ਵਿਲਨ ਕਿਹਨੇ ਬਣਾਤਾ ਦੇਖੋ ਜੀ ਉਹਨੂੰ ਵਿਲਨ ਬਣਾਇਆ ਆ ਅੱਧੀ ਅਧੂਰੀ ਜਾਣਕਾਰੀ ਨੇ ਅੱਜ ਤੋਂ ਕੁਝ ਦਹਾਕੇ ਪਹਿਲਾਂ ਲਗਭਗ 50-60 ਸਾਲ ਪਹਿਲਾਂ ਜਦੋਂ ਅਮਰੀਕਾ ਦੇ ਵਿੱਚ ਹਾਰਟ ਦੀਆਂ ਬਿਮਾਰੀਆਂ ਦੇ ਉੱਤੇ ਸ਼ੋਧ ਹੋ ਰਿਹਾ ਸੀਗਾ ਤੇ ਉਹਨਾਂ ਨੇ ਇਹ ਦੇਖਿਆ ਕਿ ਜਿਹੜਾ ਵੀ ਮਰੀਜ਼ ਹਾਰਟ ਅਟੈਕ ਤੋਂ ਤੁਰੰਤ ਬਾਅਦ ਹਸਪੀਟਲ ਜਿਹਨੂੰ ਲਿਆਇਆ ਜਾਂਦਾ ਸੀ ਜਾਂ ਜਿਹਨੂੰ ਹਸਪੀਟਲ 'ਚ ਹਾਰਟ ਅਟੈਕ ਆਉਂਦਾ ਸੀ ਜਦੋਂ ਉਹਦਾ ਬਲੱਡ ਸੈਂਪਲ ਲੈ ਕੇ ਟੈਸਟ ਕਰਦੇ ਸੀ ਤੇ ਉਹਦੇ ਬਲੱਡ ਸੈਂਪਲ ਦੇ ਵਿੱਚ ਕੋਲੇਸਟ੍ਰੋਲ ਦੀ ਮਾਤਰਾ ਹਾਈ ਹੁੰਦੀ ਸੀ ਸੋ ਉਹਨਾਂ ਨੇ ਸਾਰਾ ਬਲੇਮ ਕੋਲੇਸਟ੍ਰੋਲ ਦੇ ਸਿਰ ਮੱਥੇ ਮੜ ਦਿੱਤਾ ਕਿ ਕੋਲੇਸਟ੍ਰੋਲ ਹਾਈ ਹੋਣ ਕਰਕੇ ਹਾਰਟ ਅਟੈਕ ਆਇਆ ਜਦਕਿ ਇਹਦਾ ਅੱਜ ਤੱਕ ਕੋਈ ਵੀ ਪ੍ਰੂਫ ਸੋਲਿਡ ਜਿਹੜਾ ਆ ਕੋਈ ਵੀ ਰਿਸਰਚ ਇਸ ਚੀਜ਼ ਨੂੰ ਸਾਬਿਤ ਨਹੀਂ ਕਰ ਪਾਈ ਦੂਸਰਾ ਫੈਕਟ ਉਸ ਤੋਂ ਇਹ ਆ ਸਾਡੇ ਸਰੀਰ ਦੇ ਸਾਰੇ ਸੈੱਲ ਜਿਹੜੇ ਆ ਉਹ ਕੋਲੇਸਟ੍ਰੋਲ ਤੋਂ ਬਣਦੇ ਆ ਅਗਰ ਕੋਲੇਸਟ੍ਰੋਲ ਦੀ ਬੋਡੀ ਦੇ ਵਿੱਚ ਕਮੀ ਹੋ ਜਾਏ ਅਗਰ ਬੋਡੀ ਕੋਲੇਸਟ੍ਰੋਲ ਨਾ ਬਣਾ ਰਹੀ ਹੋਵੇ ਤੇ ਸਾਡੀ ਜਿਹੜੇ ਸੈੱਲ ਨੇ ਉਹਨਾਂ ਦਾ ਜਿਹੜਾ ਸੈੱਲ ਮੈਂਬਰੇਨ ਆ ਜਿਹੜਾ ਸੈੱਲ ਸਟਰਕਚਰ ਆ ਜਿਹੜਾ ਫਾਸਫੋਲਿਪਿਡ ਦਾ ਬਣਦਾ ਉਹਦੇ ਵਿੱਚ ਕੋਲੇਸਟ੍ਰੋਲ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਜਦ ਡਾਕਟਰਾਂ ਨੇ ਜਿਹੜਾ ਆ ਅਣਜਾਣੇ ਦੇ ਵਿੱਚ ਕੋਲੇਸਟ੍ਰੋਲ ਨੂੰ ਹਰ ਚੀਜ਼ ਦੇ ਉੱਪਰ ਬਲੇਮ ਕਰਨਾ ਸ਼ੁਰੂ ਕਰ ਦਿੱਤਾ ਉਹਦੇ ਨਾਲ ਸਾਡੀਆਂ ਹਾਰਟ ਦੀਆਂ ਜਿਹੜੀਆਂ ਗਾਈਡਲਾਈਨਸ ਆ ਉਹ ਬਦਲ ਗਈਆਂ ਸਾਡੀਆਂ ਖਾਣੇ ਦੀਆਂ ਗਾਈਡਲਾਈਨਸ ਬਣ ਗਈਆਂ ਸਾਡੀ ਟੋਟਲ ਫੈਟ ਇਨਟੇਕ ਦੀਆਂ ਗਾਈਡਲਾਈਨਸ ਜਿਹੜੀਆਂ ਬਣ ਗਈਆਂ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਪ੍ਰਭਾਵ ਪਿਆ ਸੈਚੂਰੇਟਡ ਫੈਟਸ ਦੇ ਉੱਪਰ ਠੀਕ ਹੈ ਜਿਨ੍ਹਾਂ ਦੇ ਵਿੱਚ ਸਾਡਾ ਮੱਖਣ ਮਲਾਈ ਤੇ ਘਿਓ ਆਉਂਦਾ ਆ ਠੀਕ ਹੈ ਸੋ ਸੈਚੂਰੇਟਡ ਫੈਟਸ ਨੂੰ ਉਹਨਾਂ ਨੇ ਕਿਹਾ ਵੀ ਘੱਟ ਕਰ ਦਿਓ ਟੋਟਲ ਫੈਟਸ ਨੂੰ ਤੁਸੀਂ ਘੱਟ ਕਰ ਦਿਓ ਉਹਦੀ ਜਗ੍ਹਾ ਤੇ ਤੁਸੀਂ ਰਿਫਾਈਂਡ ਤੇਲ ਵਰਤਣੇ ਸ਼ੁਰੂ ਕਰ ਦਿਓ ਹਰ ਚੀਜ਼ ਬਿਨਾਂ ਫੈਟ ਵਾਲੀ ਖਾਓ ਦਹੀਂ ਮੱਖਣ ਬਿਨਾਂ ਫੈਟ ਵਾਲਾ ਖਾਓ ਸੋ ਇਹਦੇ ਨਾਲ ਕੀ ਹੋਇਆ ਕਿ ਸਾਡੀ ਟੋਟਲ ਪੂਰੇ ਦਿਨ ਚੋਂ ਜੋ ਪਹਿਲਾਂ ਡਾਈਟ ਹੁੰਦੀ ਸੀ ਲੋਕਾਂ ਦੀ ਜੋ ਕਿ ਇੱਕ ਵਧੀਆ ਫੈਟ ਦੇ ਲੈਵਲ ਤੇ ਡੇਲੀ ਆਪਾਂ ਖਾਂਦੇ ਸੀ ਉਹ ਫੈਟ ਦੀ ਮਾਤਰਾ ਸਾਡੀ ਘੱਟ ਗਈ ਤੇ ਹੁਣ ਜਦੋਂ ਫੈਟ ਦੀ ਮਾਤਰਾ ਘਟੀ ਆ ਤਾਂ ਸਾਡਾ ਜ਼ਿਆਦਾ ਕੀ ਹੋ ਗਿਆ ਕਾਰਬੋਹਾਈਡਰੇਟ ਅਨਾਜ ਬ੍ਰੈਡ ਬਿਸਕੁਟ ਮੱਠੀਆਂ ਮੈਦਾ ਸੂਜੀ ਦੀਆਂ ਬਣੀਆਂ ਹੋਈਆਂ ਚੀਜ਼ਾਂ ਸੋ ਅਸੀਂ ਅਨਾਜ ਤੇ ਅਨਾਜ ਤੋਂ ਬਣੀਆਂ ਚੀਜ਼ਾਂ ਜ਼ਿਆਦਾ ਖਾਣੀਆਂ ਸ਼ੁਰੂ ਕਰਤੀਆਂ ਲੇਕਿਨ ਘਿਓ ਮੱਖਣ ਅਸੀਂ ਬੰਦ ਕਰ ਦਿੱਤਾ ਖਾਣਾ ਆਪਾਂ ਥੋੜੇ ਜਿਹੇ ਅਲੱਗ ਨਜ਼ਰੀਏ ਦੇ ਨਾਲ ਇਸ ਪ੍ਰੋਬਲਮ ਨੂੰ ਦੇਖਣ ਦੀ ਕੋਸ਼ਿਸ਼ ਕਰੀਏ ਇੱਕ ਉਦਾਹਰਣ ਮੈਂ ਤੁਹਾਨੂੰ ਛੋਟੀ ਜਿਹੀ ਦਊਂਗਾ ਤੁਹਾਨੂੰ ਗੱਲ ਆਸਾਨੀ ਨਾਲ ਸਮਝ ਆ ਜਾਏਗੀ ਮੰਨ ਲਓ ਤੁਸੀਂ ਆਪਣੇ ਘਰੋਂ ਬਾਹਰ ਨਿਕਲਦੇ ਆ ਤੁਸੀਂ ਘਰ ਦੇ ਬਾਹਰ ਨਿਕਲੇ ਤੇ ਤੁਹਾਡੇ ਘਰ ਦੇ ਲਾਗੇ ਹੀ ਕਿਸੇ ਬਿਲਡਿੰਗ ਨੂੰ ਜਾਂ ਕਿਸੇ ਘਰ ਸ਼ੋਪ ਨੂੰ ਅੱਗ ਲੱਗੀ ਹੋਈ ਹੈ ਉਸ ਅੱਗ ਨੂੰ ਕੰਟਰੋਲ ਕਰਨ ਦੇ ਵਿੱਚ ਕੌਣ ਹੈਲਪ ਕਰ ਰਿਹਾ ਬਾਹਰ ਕੌਣ ਖੜਾ ਹੋਊਗਾ ਫਾਇਰ ਬ੍ਰਿਗੇਡ ਵਾਲੇ ਠੀਕ ਹੈ ਤੁਸੀਂ ਥੋੜਾ ਜਿਹਾ ਅੱਗੇ ਚੱਲ ਜਾਓ ਕਿਸੇ ਹੋਰ ਘਰ ਜਾਂ ਬਿਲਡਿੰਗ ਨੂੰ ਅੱਗ ਲੱਗੀ ਹੋਵੇ ਉੱਥੇ ਬਾਹਰ ਕੌਣ ਖੜਾ ਹੋਊਗਾ ਫਾਇਰ ਬ੍ਰਿਗੇਡ ਵਾਲੇ ਅਗਨੀਸ਼ਾਮਕ ਦਲ ਤੁਸੀਂ ਅੱਗੇ ਕਿਸੇ ਤੀਸਰੀ ਜਗ੍ਹਾ ਚੱਲ ਜਾਓ ਉੱਥੇ ਅਗਰ ਕਿਤੇ ਅੱਗ ਲੱਗੀ ਹੋਏਗੀ ਤੇ ਬਾਹਰ ਕੌਣ ਖੜਾ ਹੋਏਗਾ ਫਾਇਰ ਬ੍ਰਿਗੇਡ ਵਾਲੇ ਜੇ ਮੈਂ ਘਰ ਆ ਕੇ ਕਹਾਂ ਵੀ ਜਿੱਥੇ ਜਿੱਥੇ ਅੱਗ ਲੱਗੀ ਹੁੰਦੀ ਆ ਉੱਥੇ ਉੱਥੇ ਫਾਇਰ ਬ੍ਰਿਗੇਡ ਵਾਲੇ ਖੜੇ ਹੁੰਦੇ ਆ ਇਹ ਫਾਇਰ ਬ੍ਰਿਗੇਡ ਵਾਲੇ ਤਾਂ ਨਹੀਂ ਕਿਤੇ ਅੱਗ ਲਾਉਂਦੇ ਪਏ ਟੋਟਲੀ ਗਲਤ ਤਰੀਕਾ ਆ ਇਹ ਕਿਸੇ ਵੀ ਐਂਗਲ ਨੂੰ ਕਿਸੇ ਵੀ ਸਿਚੁਏਸ਼ਨ ਨੂੰ ਦੇਖਣ ਦਾ ਸੋ ਮੈਂ ਆਪਣੀ ਅੱਧ ਅਧੂਰੀ ਨੌਲੇਜ ਕਿਉਂਕਿ ਮੈਨੂੰ ਇਸ ਬਾਰੇ ਜਾਣਕਾਰੀ ਨਹੀਂ ਸੋ ਮੈਂ ਕੀ ਕਰ ਰਿਹਾ ਮੈਂ ਅੱਧੀ ਨੌਲੇਜ ਦੇ ਨਾਲ ਫਾਇਰ ਬ੍ਰਿਗੇਡ ਦੇ ਉੱਤੇ ਬਲੇਮ ਕਰ ਰਿਹਾ ਹਾਂ ਕਿਉਂਕਿ ਜਿੱਥੇ ਆ ਗਿਆ ਉੱਥੇ ਫਾਇਰ ਬ੍ਰਿਗੇਡ ਆ ਸੇਮ ਆਹੀ ਚੀਜ਼ ਕੋਲੇਸਟ੍ਰੋਲ ਦੇ ਨਾਲ ਹੋਈ ਜਿੱਥੇ ਹਾਰਟ ਅਟੈਕ ਆ ਉੱਥੇ ਕੋਲੇਸਟ੍ਰੋਲ ਵਧਿਆ ਹੋਇਆ ਆ
ਠੀਕ ਹੈ, ਲੇਕਿਨ ਅਸਲ ਦੇ ਵਿੱਚ ਬਿਲਕੁਲ ਫਾਇਰ ਬ੍ਰਿਗੇਡ ਵਾਂਗੂ ਹੀ ਕੋਲੈਸਟ੍ਰੋਲ ਸਾਡੀ ਹਾਰਟ ਦੀ ਮਦਦ ਕਰਨ ਲਈ ਆਉਂਦਾ ਹੈ, ਕਿਉਂਕਿ ਆਪਾਂ ਇਹ ਤਾਂ ਪਤਾ ਲੱਗ ਗਿਆ ਸਾਨੂੰ ਕਿ ਕੱਲੇ ਕੱਲੇ ਸੈੱਲ 'ਚ ਕੋਲੈਸਟ੍ਰੋਲ ਆ। ਜੇ ਹਾਰਟ ਦੀਆਂ ਨਾੜਾਂ ਡੈਮੇਜ ਹੋਣਗੀਆਂ, ਜੇ ਨਾੜਾਂ ਦੇ ਵਿਚਲੇ ਸੈੱਲ ਡੈਮੇਜ ਹੋਣਗੇ ਤਾਂ ਉਹਨਾਂ ਨੂੰ ਰਿਪੇਅਰ ਕਰਨ ਵਾਸਤੇ ਕਿਹਦੀ ਲੋੜ ਪਏਗੀ? ਕੋਲੈਸਟ੍ਰੋਲ ਦੀ। ਅਗਰ ਕੋਲੈਸਟ੍ਰੋਲ ਨਹੀਂ ਹੋਏਗਾ ਤਾਂ ਹਾਰਟ ਦੀਆਂ ਨਾੜਾਂ ਰਿਪੇਅਰ ਨਹੀਂ ਹੋਣਗੀਆਂ। ਲੇਕਿਨ ਕਿਉਂਕਿ ਸਾਨੂੰ ਡਾਇਟ ਬਾਰੇ, ਹੈਲਦੀ ਲਾਈਫ ਸਟਾਈਲ ਬਾਰੇ ਜਾਂ ਹੈਲਥ ਬਾਰੇ ਇੰਨੀ ਜਾਣਕਾਰੀ ਹੈ ਹੀ ਨਹੀਂ, ਇਸੇ ਕਰਕੇ ਅਸੀਂ ਵਧੇ ਹੋਏ ਕੋਲੈਸਟ੍ਰੋਲ ਤੋਂ ਤਾਂ ਇੱਕਦਮ ਡਰ ਜਾਂਦੇ ਹਾਂ, ਉਹਨੂੰ ਹਊਆ ਬਣਾਇਆ ਹੋਇਆ ਆ, ਲੇਕਿਨ ਅਸੀਂ ਬਾਕੀ ਸਾਰੇ ਕਾਰਨਾਂ ਦੇ ਉੱਤੇ ਧਿਆਨ ਨਹੀਂ ਦਿੰਦੇ, ਜਿਸ ਕਰਕੇ ਵਧਿਆ ਹੋਇਆ ਕੋਲੈਸਟ੍ਰੋਲ ਵੀ ਹਾਰਟ ਅਟੈਕ ਨੂੰ ਨਹੀਂ ਰੋਕ ਸਕਦਾ, ਕਿਉਂਕਿ ਸਿਰਫ ਉਹ ਇਕੱਲਾ ਹੀ ਵਿਚਾਰਾ ਤੁਹਾਡੀ ਮਦਦ ਕਰਨ ਆਇਆ ਹੋਇਆ। ਤੁਹਾਡੀ ਡਾਇਟ, ਤੁਹਾਡਾ ਲਾਈਫ ਸਟਾਈਲ, ਤੁਹਾਡਾ ਸਟ੍ਰੈਸ, ਰਹਿਣ ਸਹਿਣ, ਸਾਰਾ ਹੀ ਤੁਹਾਨੂੰ ਹਾਰਟ ਅਟੈਕ ਵਾਲੇ ਪਾਸੇ ਲੈ ਕੇ ਜਾ ਰਿਹਾ। ਹੋ ਸਕਦਾ ਆ ਵੀ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕ ਜਿਹੜੇ ਆ ਵੀਡੀਓ ਦੇਖ ਰਹੇ ਆ, ਤੁਸੀਂ ਕਈ ਸਾਲਾਂ ਤੋਂ ਘਿਓ ਮੱਖਣ ਮਲਾਈ ਬਿਲਕੁਲ ਬੰਦ ਕੀਤਾ ਹੋਇਆ ਹੋਵੇ, ਤੁਸੀਂ ਰਿਫਾਇੰਡ ਤੇਲ ਲੈ ਰਹੇ ਆ ਜਾਂ ਤੁਸੀਂ ਸਰੋਂ ਦਾ ਤੇਲ ਲੈ ਰਹੇ ਆ, ਠੀਕ ਹੈ, ਤੁਸੀਂ ਸੈਚੂਰੇਟਡ ਫੈਟ ਨਹੀਂ ਲੈ ਰਹੇ, ਕੀ ਤੇਲ, ਘਿਓ, ਮੱਖਣ, ਦੇਸੀ ਘੀ ਬੰਦ ਕਰਨ ਦੇ ਨਾਲ ਕੀ ਤੁਹਾਡਾ ਕੋਲੈਸਟ੍ਰੋਲ ਡਾਊਨ ਆ ਗਿਆ? ਨਹੀਂ ਆਇਆ। ਕਿਉਂ ਨਹੀਂ ਆਇਆ? ਕਿਉਂਕਿ ਤੁਹਾਡੀ ਬੋਡੀ ਬਣਾ ਰਹੀ ਹੈ। ਸੋ ਜਿਹੜੀ ਚੀਜ਼ ਤੁਹਾਡੀ ਬੋਡੀ ਬਣਾ ਰਹੀ ਹੈ, ਤੁਸੀਂ ਉਹਨੂੰ ਕਿੱਦਾਂ ਬੰਦ ਕਰੋਗੇ? ਠੀਕ ਹੈ। ਸੋ ਜਿਹੜਾ ਸਾਡੀ ਬੋਡੀ ਦੇ ਵਿੱਚ ਕੋਲੈਸਟ੍ਰੋਲ ਬਣਦਾ ਆ, ਉਹ ਸਾਡੇ ਸਰੀਰ ਦੀ ਲੋੜ ਆ, ਤੇ ਹੁਣ ਜੇ ਮੈਂ ਆਪਣੇ ਸਰੀਰ ਦੀ ਕੋਲੈਸਟ੍ਰੋਲ ਦੀ ਲੋੜ ਪੂਰੀ ਕਰਨ ਲਈ ਥੋੜਾ ਬਹੁਤ ਕੋਲੈਸਟ੍ਰੋਲ ਵਧੀਆ ਫੈਟ ਦੇ ਰੂਪ ਚ ਖਾ ਲਵਾਂ, ਜੇ ਮੈਂ ਡਾਇਟ ਦੇ ਵਿੱਚੋਂ ਥੋੜਾ ਬਹੁਤ ਕੋਲੈਸਟ੍ਰੋਲ ਲੈ ਲਵਾਂ, ਮੇਰੀ ਰਿਕੁਆਇਰਮੈਂਟ 3000 ਮਿਲੀਗ੍ਰਾਮ ਦੀ ਆ, ਮੈਂ ਵਿੱਚੋਂ 500 ਲੈ ਲਵਾਂ, 700 ਲੈ ਲਵਾਂ, 1000 ਲੈ ਲਵਾਂ, 2/3 ਜਿਹੜਾ ਕੋਲੈਸਟ੍ਰੋਲ ਆ ਮੇਰੀ ਬੋਡੀ ਨੇ ਬਣਾ ਲੈਣਾ ਆ, 1/3 ਡਾਇਟ ਜਿਹੜਾ ਵਧੀਆ ਹੈਲਦੀ ਡਾਇਟ ਚੋਂ ਮੈਂ ਕੋਲੈਸਟ੍ਰੋਲ ਲੈ ਲੈਣਾ ਆ। ਸੋ ਉਹਦੇ ਨਾਲ ਬੇਸਿਕਲੀ ਹੋਣਾ ਕੀ ਹੈ, ਉਹਦੇ ਨਾਲ ਸਾਡੀ ਜਿਹੜੀ ਹੈ ਹੈਲਦੀ ਰੂਟੀਨ ਦੇ ਵਿੱਚ ਸਾਡੀ ਬੋਡੀ ਦੇ ਵਿੱਚ ਫੈਟੀ ਐਸਿਡ ਕੰਪਲੀਟ ਹੋ ਜਾਣੇ ਆ, ਜੋ ਕਿ ਸਾਡੀ ਸਿਹਤ ਲਈ ਜ਼ਰੂਰੀ ਨੇ। ਬ੍ਰੇਨ ਦੇ ਵਿੱਚ ਕੋਲੈਸਟ੍ਰੋਲ ਦਾ ਹੋਰ ਇੱਕ ਬਹੁਤ ਵੱਡਾ ਰੋਲ ਆ, ਕਿਉਂਕਿ ਸਾਰਾ ਕੁਛ ਜਿਹੜਾ ਹੈ ਉਹ ਫੈਟ ਦਾ ਬਣਿਆ ਹੋਇਆ। ਜਦ ਕਦੀ ਵੀ ਸਾਨੂੰ ਕੋਈ ਬ੍ਰੇਨ ਦੀ ਸੱਟ ਲੱਗਦੀ ਹੈ, ਕੋਈ ਸਿਰ ਦੀ ਸੱਟ ਲੱਗਦੀ ਹੈ, ਤੇ ਸਾਡੇ ਸੈਲਸ ਨੂੰ ਰਿਪੇਅਰ ਵਾਸਤੇ ਫੈਟ ਦੀ ਲੋੜ ਪੈਂਦੀ ਆ। ਕਦੀ ਵੀ ਕਿਸੇ ਨੂੰ ਸਟ੍ਰੋਕ ਵਗੈਰਾ ਹੁੰਦਾ ਜਾਂ ਐਕਸੀਡੈਂਟ 'ਚ ਸਿਰ ਦੀ ਸੱਟ ਲੱਗਦੀ ਆ, ਤੇ ਉਹਨੂੰ ਵਧੀਆ ਮਾਤਰਾ 'ਚ ਹੈਲਦੀ ਫੈਟਸ ਲੈਣੀਆਂ ਬਹੁਤ ਜ਼ਰੂਰੀ ਆ, ਤਾਂ ਕਿ ਉਹਦਾ ਬ੍ਰੇਨ ਜਲਦੀ ਰਿਕਵਰ ਕਰ ਸਕੇ। ਅਗਲਾ ਫੈਕਟ ਦੋਸਤੋ ਇਹ ਹੈਗਾ ਆ ਕਿ ਕੋਲੈਸਟ੍ਰੋਲ ਸਾਡੇ ਬਾਇਲ ਵਾਸਤੇ ਬਹੁਤ ਜ਼ਰੂਰੀ ਆ। ਬਾਇਲ ਕੀ ਹੁੰਦਾ? ਬਾਇਲ ਇੱਕ ਲਿਕੁਇਡ ਜੂਸ ਆ, ਇੱਕ ਐਨਜ਼ਾਈਮ ਆ ਜਿਹੜਾ ਸਾਡਾ ਲਿਵਰ ਬਣਾਉਂਦਾ ਆ, ਤੇ ਸਾਡੇ ਗੋਲ ਬਲੈਡਰ ਯਾਨੀ ਕਿ ਪਿੱਤੇ ਦੇ ਵਿੱਚ ਸਟੋਰ ਕਰਦਾ ਆ। ਜਿਹਨਾਂ ਲੋਕਾਂ ਦਾ ਪਿੱਤਾ ਕੱਢ ਦਿੱਤਾ ਜਾਂਦਾ, ਅਸੀਂ ਉਹਨਾਂ ਨੂੰ ਅਕਸਰ ਕਹਿੰਦੇ ਵੀ ਤੁਹਾਨੂੰ ਹੁਣ ਫੈਟ, ਘਿਓ, ਮੱਖਣ ਨਹੀਂ ਪਚਣਾ ਕਿਉਂਕਿ ਤੁਹਾਡਾ ਪਿੱਤਾ ਕੱਢ ਦਿੱਤਾ ਗਿਆ, ਪਿੱਤੇ ਦੇ ਵਿੱਚ ਸਾਡਾ ਬਾਇਲ ਜੂਸ ਜਿਹੜਾ ਆ ਉਹ ਸਟੋਰ ਹੁੰਦਾ ਆ। ਠੀਕ ਹੈ। ਬਾਇਲ ਜੂਸ ਦਾ ਕੰਮ ਆ ਸਾਡੇ ਖਾਣੇ ਦੀ ਚਰਬੀ ਨੂੰ ਡਿਸੋਲਵ ਕਰਕੇ ਉਹਨੂੰ ਪਚਾਉਣਾ, ਤੇ ਉਹਦੇ ਨਾਲ ਨਾਲ ਹੀ ਜਿਹੜੇ ਸਾਡੇ ਫੈਟ ਸੋਲਿਊਬਲ ਵਿਟਾਮਿਨ ਨੇ, ਜਿਵੇਂ ਕਿ ਵਿਟਾਮਿਨ ਏ, ਵਿਟਾਮਿਨ ਡੀ, ਵਿਟਾਮਿਨ ਈ, ਵਿਟਾਮਿਨ ਕੇ 1, ਕੇ 2, ਇਹ ਸਾਰੇ ਚਰਬੀ ਦੇ ਨਾਲ ਅਗਰ ਅਸੀਂ ਖਾਵਾਂਗੇ ਤਾਂ ਸਾਨੂੰ ਪਚਣੇ ਆ, ਨਹੀਂ ਤਾਂ ਸਾਨੂੰ ਨਹੀਂ ਪਚਣੇ। ਅਗਲਾ ਕੋਲੈਸਟ੍ਰੋਲ ਦਾ ਬਹੁਤ ਜ਼ਰੂਰੀ ਕੰਮ ਸਾਡੇ ਇਮਿਊਨ ਸਿਸਟਮ ਦੇ ਨਾਲ ਸੰਬੰਧਿਤ ਆ। ਸਾਡੇ ਵਾਈਟ ਬਲੱਡ ਸੈੱਲ ਯਾਨੀ ਕਿ ਜਿਹੜੇ ਸੈੱਲ ਸਾਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਦੇ ਨੇ, ਇਨਫੈਕਸ਼ਨ ਵਾਇਰਸ ਤੋਂ ਬਚਾ ਕੇ ਰੱਖਦੇ ਨੇ, ਉਹਨਾਂ ਦੇ ਵਿੱਚ ਕੋਲੈਸਟ੍ਰੋਲ ਦਾ ਬਹੁਤ ਵੱਡਾ ਰੋਲ ਆ। ਕੋਲੈਸਟ੍ਰੋਲ ਦੀ ਅੱਛੀ ਮਾਤਰਾ ਸਾਡੇ ਇਮਿਊਨ ਸਿਸਟਮ ਨੂੰ ਵੀ ਬੂਸਟ ਕਰਦੀ ਹੈ, ਜਿਹਦੇ ਨਾਲ ਅਸੀਂ ਛੋਟੀਆਂ ਮੋਟੀਆਂ ਬਿਮਾਰੀਆਂ ਦੇ ਵਿੱਚ ਨਹੀਂ ਲਪੇਟ ਜਾਂਦੇ। ਸੋ ਅਗਰ ਤੁਹਾਡੀ ਇਮਿਊਨਿਟੀ ਵੀਕ ਆ ਤਾਂ ਕੋਲੈਸਟ੍ਰੋਲ ਵਾਲੀ ਡਾਇਟ ਤੁਹਾਡੇ ਲਈ ਬਹੁਤ ਜ਼ਰੂਰੀ ਆ। ਅਗਲਾ ਫੈਕਟ ਆ ਜਾਂਦਾ ਦੋਸਤੋ ਵਿਟਾਮਿਨ ਡੀ, ਜੋ ਕਿ ਹੱਡੀਆਂ ਵਾਸਤੇ ਬਹੁਤ ਜ਼ਰੂਰੀ ਆ ਤੇ ਹੋਰ ਵੀ ਬਹੁਤ ਸਾਰੇ ਕੰਮ ਕਰਦਾ ਸਾਡੀ ਬੋਡੀ 'ਚ, ਐਜ਼ ਏ ਹਾਰਮੋਨ ਟ੍ਰੀਟ ਹੁੰਦਾ ਆ। ਵਿਟਾਮਿਨ ਡੀ ਸਾਨੂੰ ਖਾਣੇ 'ਚੋਂ ਤਾਂ ਇੰਨਾ ਨਹੀਂ ਮਿਲਦਾ, ਲੇਕਿਨ ਸਾਨੂੰ ਧੁੱਪ 'ਚੋਂ ਮਿਲਦਾ ਹੈ। ਸੋ ਜਦ ਕਦੀ ਵੀ ਅਸੀਂ ਧੁੱਪ ਸੇਕਦੇ ਹਾਂ, ਅਗਰ ਸਾਡੇ ਸਰੀਰ ਦੇ ਵਿੱਚ ਸਾਡੇ ਸੈੱਲਸ ਦੇ ਵਿੱਚ ਕੋਲੈਸਟ੍ਰੋਲ ਨਾ ਹੋਵੇ ਜਾਂ ਘੱਟ ਹੋਵੇ, ਤੇ ਉਹ ਧੁੱਪ ਦੀਆਂ ਕਿਰਨਾਂ ਤੋਂ ਵਿਟਾਮਿਨ ਡੀ ਨਹੀਂ ਬਣ ਸਕਦਾ। ਕੋਲੈਸਟ੍ਰੋਲ ਦਾ ਹੋਣਾ ਵਿਟਾਮਿਨ ਡੀ ਵਾਸਤੇ ਜ਼ਰੂਰੀ ਹੈ। ਅਖੀਰ ਦੇ ਵਿੱਚ ਦੋਸਤੋ ਕੋਲੈਸਟ੍ਰੋਲ ਦਾ ਸਭ ਤੋਂ ਵੱਡਾ ਰੋਲ ਸਾਡੇ ਹਾਰਮੋਨਸ ਦੇ ਵਿੱਚ ਆ। ਸਾਡਾ ਸਰੀਰ ਹਾਰਮੋਨਸ ਦੇ ਬਿਹਾਫ ਤੇ ਚੱਲਦਾ ਹੈ। ਅਗਰ ਸਾਡੇ ਸਰੀਰ 'ਚ ਹਾਰਮੋਨ ਨਾ ਹੋਣ ਤਾਂ ਸਾਡੇ ਸਰੀਰ ਦੀ ਕੋਈ ਵੈਲਿਊ ਨਹੀਂ ਹੈਗੀ, ਸਾਡੇ ਬੋਡੀ ਪ੍ਰੋਸੈਸ ਨਹੀਂ ਚੱਲ ਸਕਦੇ। ਉਹਨਾਂ ਵਿੱਚ ਸਾਰਿਆਂ ਤੋਂ ਜ਼ਰੂਰੀ ਹਾਰਮੋਨਸ ਜਿਹੜੇ ਆ ਉਹ ਸਾਡੇ ਸੈਕਸ ਰਿਲੇਟਡ ਹਾਰਮੋਨਸ। ਸੋ ਟੈਸਟੋਸਟੇਰੋਨ ਤੇ ਐਸਟ੍ਰੋਜਨ ਜਿਹੜਾ ਆ ਇਹਨਾਂ ਵਾਸਤੇ ਕੋਲੈਸਟ੍ਰੋਲ ਦਾ ਬੋਡੀ 'ਚ ਹੋਣਾ ਜ਼ਰੂਰੀ ਹੈ, ਕਿਉਂਕਿ ਇਹ ਦੋਵੇਂ ਫੈਟਸ ਤੋਂ ਬਣਦੇ ਆ, ਫੈਟੀ ਐਸਿਡਸ ਤੋਂ ਬਣਦੇ ਆ। ਸੋ ਫੈਟੀ ਐਸਿਡ ਸਾਡੀ ਬੋਡੀ 'ਚ ਅਗਰ ਹੈਲਦੀ ਹੋਣਗੇ, ਸਾਡੀ ਬੋਡੀ ਦਾ ਹੈਲਦੀ ਬੈਲੈਂਸ ਹੋਊਗਾ, ਤਾਂ ਸੈਕਸ ਹਾਰਮੋਨ ਸਾਡੇ ਬਣਨੇ ਆ। ਸੋ ਦੋਸਤੋ ਹੁਣ ਤਾਂ ਆਪਾਂ ਦੇਖ ਲਿਆ ਨਾ ਕਿ ਕੋਲੈਸਟ੍ਰੋਲ ਕਿੰਨਾ ਜ਼ਰੂਰੀ ਹੈ ਸਾਡੇ ਬ੍ਰੇਨ ਵਾਸਤੇ, ਸਾਡੇ ਹਾਰਟ ਵਾਸਤੇ, ਸਾਡੇ ਸੈਲਸ ਵਾਸਤੇ, ਸਾਡੀਆਂ ਨਾੜਾਂ ਵਾਸਤੇ, ਬੋਡੀ ਦੀ ਰਿਪੇਅਰ ਵਾਸਤੇ, ਇਮਿਊਨਿਟੀ ਵਾਸਤੇ, ਵਿਟਾਮਿਨ ਡੀ ਵਾਸਤੇ, ਬਾਇਲ ਵਾਸਤੇ, ਤੇ ਸਾਡੇ ਸੈਕਸ ਹਾਰਮੋਨ ਵਾਸਤੇ। ਸੋ ਇੰਨੀਆਂ ਸਾਰੀਆਂ ਜ਼ਰੂਰੀ ਚੀਜ਼ਾਂ ਹੋਣ ਦੇ ਬਾਵਜੂਦ ਵੀ ਅਗਰ ਅਸੀਂ ਕੋਲੈਸਟ੍ਰੋਲ ਨੂੰ ਕਿਸੇ ਦੇ ਕਹਿਣ ਦੇ ਉੱਪਰ ਨਾ ਖਾਈਏ, ਬੰਦ ਕਰ ਦਈਏ, ਤੇ ਸਾਰੇ ਦਾ ਸਾਰਾ ਜਿਹੜਾ ਆ ਕੋਲੈਸਟ੍ਰੋਲ ਬਣਾਉਣ ਦਾ ਲੋਡ ਤੁਹਾਡੀ ਬੋਡੀ ਉੱਪਰ ਪੈ ਜਾਣਾ ਆ, ਜਿਹਦੇ ਨਾਲ ਤੁਹਾਡਾ ਲਿਵਰ, ਤੁਹਾਡੇ ਸੈੱਲ, ਤੁਹਾਡੇ ਐਡਰੀਨਲ ਗਲੈਂਡ ਜਿਹੜੇ ਆ ਉਹ ਐਗਜ਼ੌਸਟ ਹੋਣੇ ਸ਼ੁਰੂ ਹੋ ਜਾਣੇ ਆ ਪ੍ਰੈਸ਼ਰ ਦੇ ਕਰਕੇ। ਸੋ ਥੋੜਾ ਬਹੁਤ ਕੋਲੈਸਟ੍ਰੋਲ ਵਧੀਆ ਹੈਲਦੀ ਡਾਇਟ ਦੇ ਵਿੱਚ ਤੁਹਾਨੂੰ ਲੈਣਾ ਜ਼ਰੂਰ ਚਾਹੀਦਾ ਹੈ। ਅਖੀਰ 'ਚ ਆਪਾਂ ਗੱਲ ਕਰ ਲਈਏ ਵੀ ਕਿਹੜੇ ਉਹ ਕਾਰਨ ਆ
ਜਿਨ੍ਹਾਂ ਕਰਕੇ ਕੋਲੈਸਟ੍ਰੋਲ ਹਾਈ ਹੁੰਦਾ ਆ। ਦੇਖੋ ਅਗਰ ਕੋਲੈਸਟ੍ਰੋਲ ਹਾਈ ਹੈ ਇਹਦਾ ਮਤਲਬ ਤੁਹਾਡਾ ਫਾਇਰ ਅਲਾਰਮ ਵੱਜਦਾ ਪਿਆ ਆ, ਮਤਲਬ ਤੁਹਾਡੀ ਬੋਡੀ 'ਚ ਅੱਗ ਲੱਗੀ ਹੈ, ਯਾਨੀ ਐਮਰਜੈਂਸੀ ਸਿਚੁਏਸ਼ਨ ਕੋਈ ਨਾ ਕੋਈ ਹੈਗੀ ਆ, ਠੀਕ ਹੈ, ਜਿਹਦੇ ਕਰਕੇ ਕੋਲੈਸਟ੍ਰੋਲ ਵਧਿਆ। ਸੋ ਕੋਲੈਸਟ੍ਰੋਲ ਨੂੰ ਘਟਾਉਣ ਦੇ ਉੱਤੇ ਨਾ ਜ਼ੋਰ ਦਿਓ, ਬਲਕਿ ਉਸ ਪ੍ਰੋਬਲਮ ਨੂੰ ਡੀਲ ਕਰੀਏ ਜਿਹੜਾ ਰੂਟ ਕੌਜ਼ ਆ ਕੋਲੈਸਟ੍ਰੋਲ ਦੇ ਵਧਣ ਦਾ। ਵਧਿਆ ਹੋਇਆ ਕੋਲੈਸਟ੍ਰੋਲ ਚੰਗਾ ਨਹੀਂ, ਲੇਕਿਨ ਕੋਲੈਸਟ੍ਰੋਲ ਕਿਸੇ ਬਿਮਾਰੀ ਦਾ ਕਾਰਨ ਨਹੀਂ ਬਣਦਾ। ਸੋ ਆਮ ਤੌਰ ਤੇ ਦੇਖਿਆ ਇਹ ਗਿਆ ਆ ਕਿ ਕੋਲੈਸਟ੍ਰੋਲ ਵੱਧਦਾ ਆ ਜਦੋਂ ਕੋਈ ਇੰਜਰੀ ਹੁੰਦੀ ਹੈ, ਸੱਟ ਲੱਗਦੀ ਹੈ, ਜਾਂ ਹਾਰਟ ਅਟੈਕ ਹੁੰਦਾ ਆ, ਜਾਂ ਕੋਈ ਓਪਰੇਟ ਹੁੰਦਾ ਆ। ਇਹਨਾਂ ਸਾਰੀਆਂ ਕੰਡੀਸ਼ਨਾਂ ਦੇ ਵਿੱਚ ਜਦੋਂ ਬੋਡੀ ਸਾਡੀ ਸਟ੍ਰੈਸ 'ਚ ਆਉਂਦੀ ਹੈ, ਸ਼ੌਕ 'ਚ ਆਉਂਦੀ ਹੈ, ਉਦੋਂ ਸਾਡੀ ਬੋਡੀ ਦਾ ਕੋਲੈਸਟ੍ਰੋਲ ਹੈਲਪ ਕਰਨ ਵਾਸਤੇ ਇਨਕਰੀਜ਼ ਹੋ ਜਾਂਦਾ ਆ, ਵੱਧ ਜਾਂਦਾ ਆ, ਸਾਡੀ ਮਦਦ ਵਾਸਤੇ ਆਉਂਦਾ ਆ। ਸਰਦੀਆਂ ਦੇ ਵਿੱਚ ਵੀ ਆਮ ਤੌਰ ਤੇ ਦੇਖਿਆ ਜਾਂਦਾ ਵੀ ਕੋਲੈਸਟ੍ਰੋਲ ਲੈਵਲ ਜਿਹੜੇ ਆ ਉਹ ਵੱਧ ਜਾਂਦੇ ਆ। ਸੋ ਦੋਸਤੋ, ਇੰਨੇ ਸਾਰੇ ਇੰਪੋਰਟੈਂਟ ਫੰਕਸ਼ਨ ਕੋਲੈਸਟ੍ਰੋਲ ਦੇ ਸਾਡੀ ਬੋਡੀ 'ਚ ਆ, ਫਿਰ ਵੀ ਅਸੀਂ ਉਹਨੂੰ ਜਿਹੜਾ ਆਪਣਾ ਦੁਸ਼ਮਣ ਮੰਨ ਕੇ ਚੱਲਦੇ ਹਾਂ, ਉਹਨੂੰ ਨਹੀਂ ਯੂਜ਼ ਕਰਦੇ ਸਹੀ ਤਰੀਕੇ ਨਾਲ। ਸੋ ਸਾਡੀ ਬਹੁਤ ਵੱਡੀ ਗਲਤੀ ਹੈ ਅਤੇ ਸਾਨੂੰ ਇਹਦੇ ਤੋਂ ਸਿੱਖ ਲੈਣੀ ਚਾਹੀਦੀ ਆ। ਕੋਲੈਸਟ੍ਰੋਲ ਦੁਸ਼ਮਣ ਨਹੀਂ, ਦੋਸਤ ਆ। ਸੋ ਕਿਉਂ ਨਾ ਆਪਣੇ ਦੋਸਤ ਨੂੰ ਆਪਣੀ ਡਾਇਟ ਦੇ ਵਿੱਚ ਵਾਪਸ ਲੈ ਕੇ ਆਈਏ। ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ ਤੁਸੀਂ ਕਮੈਂਟ ਕਰ ਸਕਦੇ ਹਾਂ, ਵੀਡੀਓ ਲਾਈਕ ਕਰ ਸਕਦੇ, ਸ਼ੇਅਰ ਕਰ ਸਕਦੇ ਹਾਂ। ਅਗਰ ਤੁਸੀਂ ਕੋਲੈਸਟ੍ਰੋਲ ਬਾਰੇ ਹੋਰ ਜਾਣਕਾਰੀ ਲੈਣਾ ਚਾਹੁੰਦੇ ਹਾਂ, ਤੁਸੀਂ ਈਰੂ ਡਾਈਟ ਨਿਊਟ੍ਰੀਸ਼ਨ ਟਵਿੱਟਰ, ਫੇਸਬੁੱਕ, ਇੰਸਟਾਗ੍ਰਾਮ, ਯੂਟਿਊਬ, ਜਿੱਦਾਂ ਵੀ ਤੁਸੀਂ ਪੋਸੀਬਲ ਤੁਹਾਨੂੰ ਈਜ਼ੀ ਲੱਗੇ ਤੁਸੀਂ ਮੇਰੇ ਨਾਲ ਕੰਟੈਕਟ ਕਰ ਸਕਦੇ ਹਾਂ, ਆਪਾਂ ਕੋਲੈਸਟ੍ਰੋਲ ਬਾਰੇ ਹੋਰ ਡਿਟੇਲ 'ਚ ਜਾਣਕਾਰੀ ਲੈ ਲਾਂਗੇ। ਮੈਂ ਉਮੀਦ ਕਰਦਾ ਹਾਂ ਵੀ ਤੁਹਾਡੇ ਬਹੁਤ ਸਾਰੇ ਭਰਮ ਅੱਜ ਦੂਰ ਹੋ ਗਏ ਹੋਣਗੇ ਕੋਲੈਸਟ੍ਰੋਲ ਬਾਰੇ। ਸੋ ਦੋਸਤੋ, ਕੋਲੈਸਟ੍ਰੋਲ ਨੂੰ ਥੋੜ੍ਹਾ ਬਹੁਤ ਇੰਜੋਏ ਕਰਨਾ ਸਿੱਖੋ। ਆਪਾਂ ਮਿਲਾਂਗੇ ਅਗਲੀ ਵੀਡੀਓ 'ਚ। ਟੇਕ ਕੇਅਰ।